ਭਗਵਾਨ ਦਾ ਰੂਪ ਲੈ ਕੇ ਕਿ ਆਇਆ ਜਗ ਦੇ ਦੁੱਖ ਨਿਵਾਰਨ ਹੋਤੇ ਖਾਂਦੀ ਸੰਸਾਰ ਦੀ ਆਪ ਬੇੜੀ। ਹਾਂਜੀ, ਵੈਲਕਮ ਬੈਕ ਸਫ਼ਰ ਦੇ ਸਾਥੀਓ। ਅੱਜ ਆਪਾਂ ਚੱਲਾਂਗੇ ਸ਼੍ਰੀ ਖਰਾਲਗੜ੍ਹ ਸਾਹਿਬ, ਜਿੱਥੇ ਸ਼੍ਰੀ ਗੁਰੂ ਰਵਿਦਾਸ ਜੀਆਂ ਨੇ 14 ਸਾਲ 2 ਮਹੀਨੇ 11 ਦਿਨ ਮਤਲਬ ਉੱਥੇ ਰਹੇ ਸੀਗੇ, ਉੱਥੇ ਟਾਈਮ ਗੁਜ਼ਾਰਿਆ ਸੀਗਾ। ਅਤੇ ਉੱਥੇ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਚੱਲਿਆ। ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਉਹਦੇ ਲਈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਸੋ ਇਸ ਵੀਡੀਓ ਨੂੰ ਵੀ ਓਨਾ ਹੀ ਪਿਆਰ ਦੇਣਾ, ਓਨੇ ਹੀ ਲਾਈਕ ਦੇਣੇ ਨੇ ਅਤੇ ਓਨੇ ਹੀ ਕਮੈਂਟ ਕਰਕੇ ਦੱਸਣਾ ਕਿ ਵਲੋਗ ਕਿਵੇਂ ਦਾ ਲੱਗਿਆ, ਠੀਕ ਹੈ ਜੀ। ਅਤੇ ਬਣੇ ਰਹੋ, ਅਤੇ ਆਪਾਂ ਹੁਣ ਚੱਲਿਆਂਗੇ ਸ਼੍ਰੀ ਖਰਾਲਗੜ੍ਹ ਸਾਹਿਬ। ਇਹ ਮਤਲਬ ਜੇਕਰ ਆਪਾਂ ਅਨੰਦਪੁਰ ਸਾਹਿਬ ਜਿਹੜੀਆਂ ਸੰਗਤਾਂ ਆਉਂਦੀਆਂ ਨੇਗੀਆਂ, ਉਹਨਾਂ ਨੂੰ 35 ਕੁ ਕਿਲੋਮੀਟਰ ਦੂਰ ਪੈਂਦਾ ਗਾ। ਇੱਥੋਂ ਆਪਾਂ ਦੇਖ ਰਹੇ, ਇੱਥੋਂ ਰਸਤਾ ਨਾ ਦੁਫਾੜ ਹੋ ਜਾਂਦਾ। ਇੱਕ ਤਾਂ ਮਤਲਬ ਜਿੱਥੇ ਨਾ ਗੰਗਾ ਪ੍ਰਗਟ ਕੀਤੀ ਸੀਗੀ ਗੁਰੂ ਜੀ ਨੇ ਉਹ, ਅਤੇ ਆਹ ਰਸਤਾ ਜਾਂਦਾ ਗਾ ਉੱਪਰ ਮੇਨ ਮੰਦਰ, ਹੈ ਨਾ। ਪਹਿਲਾਂ ਸਭ ਤੋਂ ਪਹਿਲਾਂ ਇੱਥੇ ਮੱਥਾ ਟੇਕਦਾ ਗਾ, ਤਾਂ ਜਾ ਕੇ ਨੀਚੇ ਫਿਰ ਆਪਾਂ ਮੱਥਾ ਟੇਕ ਸਕਦੇ ਹਾਂਗੇ। ਅਤੇ ਨੀਚੇ ਵਾਲੀ ਹਿਸਟਰੀ ਮੈਂ ਤੁਹਾਡੇ ਨਾਲ ਬਾਅਦ 'ਚ ਸਾਰੀ ਸ਼ੇਅਰ ਕਰੂੰਗੀ। ਪਹਿਲਾਂ ਆਪਾਂ ਚੱਲਾਂਗੇ ਉੱਪਰ ਜਿੱਥੇ ਆਪਾਂ ਹੁਣ ਇਸ ਟਾਈਮ ਜਾ ਰਹੇ ਹਾਂਗੇ। ਇਹ ਇੱਥੇ ਮਤਲਬ ਉਹਨਾਂ ਨੇ 4 ਸਾਲ 2 ਮਹੀਨੇ 11 ਦਿਨ ਤਪੱਸਿਆ ਕੀਤੀ ਸੀਗੀ। ਇਹ ਉਹ ਥਾਂ ਆ, ਅਤੇ ਇੱਥੇ ਉਹਨਾਂ ਨੇ ਲੋਕਾਂ ਨੂੰ ਮਤਲਬ ਆਪਣੇ ਨਾਲ ਜੋੜਿਆ ਸੀਗਾ, ਲੋਕ ਉਹਨਾਂ ਦੇ ਨਾਲ ਜੁੜਦੇ ਜਾਂਦੇ ਸੀਗੇ। ਅਤੇ ਇੱਥੇ ਦੀ ਹਿਸਟਰੀ ਬਹੁਤ ਹੀ ਮਤਲਬ ਖਾਸ ਹੈਗੀ, ਅਹਿਮੀਅਤ ਵਾਲੀ ਹੈਗੀ। ਅਤੇ ਨਾ ਇੱਥੋਂ ਚੜ੍ਹਾਈ ਤਾਂ ਬਹੁਤ ਹੀ ਤਿਰਛੀ ਹੈਗੀ ਜਦੋਂ ਆਪਾਂ ਚੜ੍ਹਦੇ ਹਾਂਗੇ, ਪਰ ਅੱਗੇ ਜਾ ਕੇ ਬਹੁਤ ਹੀ ਪੱਧਰੀ ਜਿਹੜੇ ਰਾਹ ਆ ਜਾਂਦਾ ਗਾ, ਹੈ ਨਾ। ਅਤੇ ਇੱਥੇ ਅਜੂਬਾ ਵੀ ਬਣਿਆ ਗਾ, ਅਤੇ 8ਵਾਂ ਅਜੂਬਾ ਮਿਨਾਰੇ ਬੇਗਮਪੁਰਾ ਦੇ ਨਾਮ 'ਤੇ ਬਣਿਆ ਗਾ ਇਹ ਅਜੂਬਾ। ਅਤੇ ਇਹ ਹਜੇ ਓਪਨ ਨਹੀਂ ਹੋਇਆ ਹੈਗਾ, ਮਤਲਬ ਹਜੇ ਬਣ ਰਿਹਾ ਹੈਗਾ। ਅਤੇ ਰਸਤੇ ਦੇ ਵਿੱਚ ਹੀ ਆਉਂਦਾ ਹੈਗਾ ਇੱਥੋਂ ਹੀ ਜਦੋਂ ਆਪਾਂ ਜਾਂਦੇ ਹਾਂਗੇ, ਹੈ ਨਾ। ਅਤੇ ਇੱਥੇ ਮਤਲਬ ਜਦੋਂ ਆਪਾਂ ਪਹੁੰਚਦੇ ਹਾਂਗੇ, ਅਤੇ ਇੱਥੇ ਤੁਸੀਂ ਦੇਖ ਲਿਆਗਾ ਕਿ ਬਸੀ ਬਸਤੀ ਲਿਖਿਆ ਹੋਇਆ ਹੈਗਾ, ਹੈ ਨਾ, ਖਰਾਲਗੜ੍ਹ ਸਾਹਿਬ। ਅਤੇ ਇਸ ਤੋਂ ਆਹ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਰਸਤਾ ਜਿਹੜਾ ਨਿਕਲਦਾ ਹੈਗਾ, ਇੱਕ ਪਿੰਡ ਵਸਿਆ ਹੋਇਆ ਹੈਗਾ, ਹੈ ਨਾ। ਬਹੁਤ ਹੀ ਸੋਹਣਾ, ਮਤਲਬ ਨੀਚੋਂ ਤਾਂ ਲੱਗਦਾ ਨਹੀਂ ਹੈਗਾ ਕਿ ਪਹਾੜੀ ਇਲਾਕਾ 'ਚ ਲੱਗਦਾ ਹੈਗਾ। ਅਤੇ ਇਹ ਤੁਸੀਂ ਅਜੂਬਾ ਦੇਖ ਰਹੇ ਹੋਗੇ, ਰਸਤੇ ਦੇ ਵਿੱਚ ਹੀ ਆ ਜਾਂਦਾ ਸ਼ੁਰੂਆਤ ਦੇ ਵਿੱਚ ਹੀ। ਅਤੇ ਇਹ ਕਾਫੀ ਜ਼ਿਆਦਾ ਕਹਿੰਦੇ ਨੇ ਕਿ ਬਹੁਤ ਵਧੀਆ ਬਣਨ ਜਾ ਰਿਹਾ, ਬਾਕੀ ਦੇਖ ਦਿਆਂਗੇ ਆਪਾਂ। ਅਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਤਪ ਅਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ, ਆਪਾਂ ਪਹੁੰਚ ਚੁੱਕੇ ਹਾਂਗੇ। ਅਤੇ ਇੱਥੋਂ ਨਾ ਝੰਡੀਆਂ ਲੱਗੀਆਂ ਹੋਈਆਂ ਹੋਣਗੀਆਂ ਸਿਲਵਰ ਜਿਹੇ ਕਲਰ ਦੀਆਂ, ਹੈ ਨਾ। ਅਤੇ ਉਹ ਮਤਲਬ ਦੂਰ ਤੱਕ ਜਾਣਗੀਆਂ ਅੰਦਰ ਤੱਕ। ਅਤੇ ਹੁਣ ਆਪਾਂ ਮਤਲਬ ਉਸ ਸਥਾਨ 'ਤੇ ਪਹੁੰਚ ਚੁੱਕੇ ਹਾਂਗੇ। ਤਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲਾਈਕ ਦਾ ਬਟਨ ਨਾਲ ਦੀ ਨਾਲ ਦਬਾ ਦਿਓ, ਹੈ ਨਾ ਜੀ, ਤਾਂ ਕਿ ਤੁਹਾਨੂੰ ਜਿਹੜੀ ਅੱਗੇ ਦੀ ਇਨਫੋਰਮੇਸ਼ਨ ਹੈਗੀ ਉਹ ਫਿਰ ਮਿਲਦੀ ਰਹੇ। ਕਿਉਂਕਿ ਆਪਾਂ ਨੀਚੇ ਵਾਲੇ ਮੰਦਰ ਦੀ ਵੀ ਵੀਡੀਓ ਬਣਾਈ ਹੈਗੀ, ਅਤੇ ਉਹ ਵੀ ਤੁਹਾਨੂੰ ਬਹੁਤ ਜਲਦੀ ਆਪਾਂ ਮਤਲਬ ਪੇਸ਼ ਕਰਾਂਗੇ, ਤੁਹਾਡੇ ਸਾਹਮਣੇ ਲੈ ਕੇ ਆਵਾਂਗੇ, ਅਤੇ ਉਹਦੀ ਹਿਸਟਰੀ ਵੀ ਤੁਹਾਡੇ ਨਾਲ ਬਿਲਕੁਲ ਹੀ ਰੂਬਰੂ ਕਰਵਾਵਾਂਗੇ, ਹੈ ਨਾ ਜੀ। ਅਤੇ ਹੁਣ ਆਪਾਂ ਮਤਲਬ ਇੱਥੇ ਉੱਪਰ ਪਹੁੰਚਿਆਂਗੇ, ਅਤੇ ਉੱਪਰ ਪਹੁੰਚ ਕੇ ਪਹਿਲਾਂ ਤਾਂ ਨੰਨੇ ਨੇ ਖੇਡਾਂ ਨੇ ਜਿੱਦ ਕੀਤੀ ਹੈਗੀ, ਸੋ ਉਹ ਪੂਰੀ ਕਰ ਲਈਏ, ਹੈ ਨਾ। ਮੈਨੂੰ ਇਹ ਸੀ ਕਿ ਪਹਿਲਾਂ ਮੱਥਾ ਟੇਕ ਲਈਏ, ਪਰ ਬੱਚੇ ਕਿੱਥੇ ਅੱਗੇ ਜਾਣ ਦਿੰਦੇ ਨੇ, ਸੋ ਆ ਜਾਓ ਆਪਾਂ ਅੱਗੇ ਚੱਲਦੇ ਹਾਂ। ਤਦ ਤੱਕ ਤੁਸੀਂ ਲਾਈਕ ਦਾ ਬਟਨ ਦਬਾ ਦਿਓ। ਹਾਂਜੀ, ਵੈਲਕਮ ਬੈਕ ਔਨ ਅਵਰ ਯੂਟਿਊਬ ਚੈਨਲ ਫਤਿਹ ਵਲੌਗ। ਅਤੇ ਤੁਸੀਂ ਦੇਖ ਰਹੇ ਹੋਗੇ ਇਸ ਟਾਈਮ ਦਾ ਮਤਲਬ ਇਸ ਟਾਈਮ ਆਪਾਂ ਪਹੁੰਚੇ ਹੈਗੇ ਖਰਾਲਗੜ੍ਹ, ਜਿੱਥੇ ਸ਼੍ਰੀ ਗੁਰੂ ਰਵਿਦਾਸ ਜੀਆਂ ਨੇ ਚਰਨ ਪਾਏ ਸੀ। ਪੂਰੇ 14 ਸਾਲ 2 ਮਹੀਨੇ 11 ਦਿਨ ਮਤਲਬ ਉਹ ਇੱਥੇ ਰਹੇ ਸੀਗੇ, ਇੱਥੇ ਉਹਨਾਂ ਨੇ ਚਰਨ ਪਾਏ ਸੀਗੇ। ਅਤੇ ਇੰਨੀ ਪਾਕ ਪਵਿੱਤਰ ਧਰਤੀ ਮੇਰੇ ਘਰ 'ਚ ਤਾਂ ਕਿਤੇ ਕੋਈ ਹੋ ਨਹੀਂ ਸਕਦੀ ਹੈਗੀ, ਹੈ ਨਾ।
ਕਿਉਂਕਿ ਐਡੀ ਐਡੀ ਜਿਹੜੀਆਂ ਤਕੜੀਆਂ ਰੂਹਾਂ ਹੋਈਆਂ ਨੇਗੀਆਂ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਹੈ ਨਾ, ਜਾਣੀ ਜਾਣੋਗੇ ਕਿ ਉਹਨਾਂ ਦੇ ਜਿੱਥੇ ਚਰਨ ਪਏ ਹੋਣ ਉਹ ਧਰਤੀ ਨੂੰ ਵੀ ਅਸੀਂ ਨਤਮਸਤਕ ਕਰ ਦਈਏ ਨਾ ਤਾਂ ਅਸੀਂ ਤਰ ਜਾਂਗੇ, ਹੈ ਨਾ। ਸੋ ਇੱਥੇ ਅਸੀਂ ਪਹੁੰਚੇ ਹਾਂਗੇ ਖਰਾਲਗੜ੍ਹ। ਪਹਿਲਾਂ ਅਸੀਂ ਜਦੋਂ ਪਹਿਲਾਂ ਵਲੋਗ ਲੈ ਕੇ ਆਏ ਸੀ, ਅਸੀਂ ਨੀਚੇ ਵਾਲੇ ਖਰਾਲਗੜ੍ਹ ਗੁਰਦੁਆਰਾ ਸਾਹਿਬ ਗਏ ਸੀ, ਉੱਪਰ ਨਹੀਂ ਸੀ ਆਏ ਹੈਗੇ, ਹੈ ਨਾ। ਅਤੇ ਹੋ ਸਕਦਾ ਅਸੀਂ ਨੀਚੇ ਵੀ ਜਾਈਏ, ਤੁਹਾਨੂੰ ਉਹ ਵੀ ਦਿਖਾਈਏ ਦੁਬਾਰਾ। ਅਤੇ ਉਸ ਤੋਂ ਬਾਅਦ ਇੱਕ ਨਾ ਨਵੀਂ ਚੀਜ਼ ਹੋਰ ਹੋਈ ਆ ਇੱਥੇ, ਮਤਲਬ ਜਦੋਂ ਤੁਸੀਂ ਖਰਾਲਗੜ੍ਹ ਆਉਂਗੇ ਨਾ ਉੱਥੋਂ ਰਸਤੇ ਦੁਪਾੜ ਹੁੰਦੇ ਨੇ, ਇੱਕ ਨੀਚੇ ਸਾਈਡ ਨੂੰ ਚਲੇ ਜਾਂਦੇ ਕਿ ਉੱਪਰ ਨੂੰ, ਜਦੋਂ ਅਸੀਂ ਉੱਪਰ ਨੂੰ ਆਉਂਗੇ ਉੱਥੇ ਇੱਕ ਹੁਣ ਅਜੂਬਾ ਬਣ ਰਿਹਾ ਹੈਗਾ, ਹੈ ਨਾ। ਮੇ ਬੀ ਹਜੇ ਓਪਨ ਨਹੀਂ ਹੋਇਆ ਹੈਗਾ, ਮਤਲਬ ਬਣ ਰਿਹਾ ਹੈ। ਆਪਾਂ ਤੁਹਾਨੂੰ ਉਹ ਬਿਲਡਿੰਗ ਵੀ ਦਿਖਾਵਾਂਗੇ, ਅਗਰ ਤਾਂ ਅੰਦਰੋਂ ਕੁਛ ਹੋਇਆ, ਹੈ ਨਾ, ਆਪਾਂ ਪੁੱਛਾਂਗੇ, ਅਗਰ ਕੁਛ ਹੋਇਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ, ਅਗਰ ਨਹੀਂ ਹੋਊਗਾ ਤਾਂ ਤੁਹਾਨੂੰ ਬਾਹਰ ਤੋਂ ਬਿਲਡਿੰਗ ਜ਼ਰੂਰ ਦਿਖਾਵਾਂਗੇ। ਵਾਕਈ ਦੇਖ ਕੇ ਅਜੂਬੇ ਨੂੰ ਮਤਲਬ ਪਤਾ ਲੱਗ ਰਿਹਾ ਕਿ ਕੋਈ ਚੀਜ਼ ਅੰਦਰ ਬਹੁਤ ਵਧੀਆ ਬਣਨ ਜਾ ਰਹੀ ਹੈਗੀ। ਸੋ ਬਹੁਤ ਜ਼ਿਆਦਾ ਖੁਸ਼ਖਬਰੀ ਆ ਸਾਰਿਆਂ ਦੇ ਲਈ, ਹੈ ਨਾ, ਬਹੁਤ ਵੱਡੀ ਖੁਸ਼ੀ ਆ, ਖੁਸ਼ੀ ਦੀ ਗੱਲ ਹੈਗੀ ਕਿ ਇੰਨੀ ਇੰਨਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਅਜੂਬਾ ਬਣਨ ਜਾ ਰਿਹਾ ਹੈਗਾ, ਹੈ ਨਾ। ਸੋ ਜ਼ਰੂਰ ਇੱਕ ਵਾਰੀ ਸਾਰੇ ਜਣੇ ਵਿਜ਼ਿਟ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਲਾਈਕ ਦਾ ਬਟਨ ਦਬਾ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੌਗ ਕਿਸ ਤਰ੍ਹਾਂ ਲੱਗਿਆ। ਥੈਂਕ ਯੂ ਸੋ ਮੱਚ। ਹਾਂਜੀ, ਅਤੇ ਆਪਾਂ ਆਪਣੇ ਲੋਕੇਸ਼ਨ ਦੇ ਉੱਪਰ ਪਹੁੰਚ ਚੁੱਕੇ ਹਾਂਗੇ। ਅਤੇ ਵੈਸੇ ਤਾਂ ਨਾ ਇਹ ਗੜ੍ਹ ਸੰਕਟ ਦੇ ਵਿੱਚ ਹੀ ਪੈਂਦਾ ਗਾ, ਹੈ ਨਾ, ਪਰ ਇਹ ਆ ਕਿ ਅਨੰਦਪੁਰ ਜਦੋਂ ਆਪਾਂ ਆਉਂਦੇ ਹਾਂ ਕਿਤੇ ਇੱਥੋਂ ਨੇੜੇ ਰਹਿ ਜਾਂਦਾ, ਸੋ ਜਿੱਥੇ ਜਦੋਂ ਆਪਾਂ ਆਉਂਦੇ ਹਾਂ ਜਦੋਂ ਵੀ, ਸੋ ਇੱਕ ਵਾਰੀ ਜ਼ਰੂਰ ਇੱਥੇ ਆਇਆ ਕਰੋ, ਹੈ ਨਾ। ਅਤੇ ਆਪਾਂ ਹੁਣ ਚੱਲਦੇ ਹਾਂਗੇ ਅੰਦਰ। ਅਤੇ ਮੈਂ ਪਹਿਲਾਂ ਪਿਛਲੀ ਵਾਰੀ ਇੱਥੇ ਉੱਪਰ ਨਹੀਂ ਸੀ ਆਈ, ਨੀਚੇ ਆ ਕੇ ਚਲੇ ਗਏ ਸੀਗੇ। ਇੱਥੇ ਤਾਂ ਮਤਲਬ ਕਹਿੰਦੇ ਸੀ ਕਿ ਕਾਫੀ ਤਿਰਛੀ ਚੜ੍ਹਾਈ ਹੈਗੀ ਕਿ ਪੋਸੀਬਲ ਨਹੀਂ ਹੈਗੀ, ਪਰ ਇੰਨੀ ਵੀ ਨਹੀਂ ਹੈਗੀ, ਸਟਾਰਟਿੰਗ ਦੇ ਵਿੱਚ ਥੋੜ੍ਹਾ ਹੈਗਾ ਕਿਉਂਕਿ ਤੁਹਾਨੂੰ ਪਤਾ ਹੀ ਹੈਗਾ ਕਿ ਕਿੰਨੀ ਵਾਰੀ ਇੱਥੇ ਹਾਦਸੇ ਹੋਏ ਨੇਗੇ, ਹੈ ਨਾ, ਕਿਉਂਕਿ ਰੋਡ ਕਾਫੀ ਜ਼ਿਆਦਾ ਗਈ ਜਦੋਂ ਸਟਾਰਟਿੰਗ ਦੇ ਵਿੱਚ ਜਾਂਦੇ ਕਿ ਉੱਥੋਂ ਥੋੜ੍ਹਾ ਜਿਹਾ ਮਤਲਬ ਥੋੜ੍ਹਾ ਜਿਹਾ ਨਹੀਂ, ਬਹੁਤ ਸਾਰਾ ਸੰਭਾਲ ਕੇ ਚਲਾਓ ਗੱਡੀ ਨੂੰ। ਕੋਈ ਵੀ ਗੱਡੀ ਲੈ ਕੇ ਆਉਂਦੇ ਹੋਗੇ, ਹੈ ਨਾ, ਕੋਈ ਵੀ ਵਹੀਕਲ 'ਤੇ ਆਉਂਦੇ ਤਾਂ ਤੁਸੀਂ ਬਹੁਤ ਹੀ ਦੇਖ ਕੇ ਉੱਥੋਂ ਕ੍ਰੋਸ ਕਰੋ। ਹਾਂਜੀ, ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੇਟ 'ਤੇ। ਅਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਕਿ ਇੱਥੇ ਚਾਂਦੀ ਦਾ ਗੇਟ ਲੱਗਣਾ ਗਾ, ਹੈ ਨਾ, ਲਿਖ ਕੇ ਲਗਾਇਆ ਗਿਆ ਹੈਗਾ। ਫਿਲਹਾਲ ਲਈ ਤਾਂ ਹਜੇ ਮਤਲਬ ਬਣ ਰਿਹਾ ਹੈਗਾ, ਹਜੇ ਕੋਈ ਸਟਾਰਟਿੰਗ ਨਹੀਂ ਹੋਈ ਹੈਗੀ, ਮਤਲਬ ਬਿਲਡਿੰਗ ਖੜ੍ਹੀ ਕਰ ਦਿੱਤੀ ਹੈਗੀ ਮੰਦਰ ਦੀ, ਗੁਰੂ ਘਰ ਦੀ। ਅਤੇ ਪਰ ਹਜੇ ਗੇਟ ਨਹੀਂ ਲੱਗੇ ਹੈਗੇ, ਸਟਾਰਟਿੰਗ ਚੱਲ ਰਹੀ ਹੈਗੀ। ਅਤੇ ਇੱਥੇ ਨਾ ਤੁਸੀਂ ਦੇਖ ਰਹੇ ਹੋਗੇ ਕਿ ਉੱਪਰ ਸਾਹਮਣੇ ਜਿਹੜਾ ਲਿਖਿਆ ਹੋਇਆ ਹੈਗਾ ਨਾ, ਜਿਹੜਾ ਪੁਰਾਤਨ ਜਿਹੜੀ ਉਹ ਬਣੀ ਹੋਈ ਹੈਗੀ। ਅਤੇ ਇੱਥੇ ਮਤਲਬ 1515 ਈਸਵੀ ਲਿਖਿਆ ਹੋਇਆ ਹੈਗਾ, ਜਿਹੜਾ ਤਪ ਅਸਥਾਨ ਬਣਿਆ ਹੋਇਆ ਹੈਗਾ ਪੁਰਾਤਨ ਹੈਗਾ, ਇਹ ਬਹੁਤ ਪੁਰਾਣਾ ਹੈਗਾ। ਅਤੇ ਇੱਥੇ ਜਦੋਂ ਅਸੀਂ ਮੱਥਾ ਟੇਕਦੇ ਨਾ ਤਾਂ ਕਾਫੀ ਝੁੱਕ ਕੇ ਨਿਕਲਣਾ ਪੈਂਦਾ, ਕਿਉਂਕਿ ਜਿਹੜੀ ਉਹ ਗੇਟ ਰੱਖਿਆ ਹੋਇਆ, ਦਰਵਾਜ਼ਾ ਰੱਖਿਆ, ਬਹੁਤ ਛੋਟਾ ਹੈਗਾ, ਨੀਵਾਂ ਹੈਗਾ, ਹੈ ਨਾ। ਅਤੇ ਇਹੀ ਉਹ ਜਗ੍ਹਾ ਹੈਗੀ ਜਿੱਥੇ ਉਹਨਾਂ ਨੇ 4 ਸਾਲ 2 ਮਹੀਨੇ 11 ਦਿਨ ਤਪੱਸਿਆ ਕੀਤੀ ਅਤੇ ਲੋਕਾਂ ਨੂੰ ਆਪਣੇ ਨਾਲ ਜੋੜਿਆ। ਅਤੇ ਉਸ ਟਾਈਮ ਦਾ ਜਿਹੜਾ ਰਾਜਾ ਸੀਗਾ, ਰਾਜਾ ਬੈਂਡ ਸਿੰਘ ਕਹਿੰਦੇ ਨੇਗੇ ਉਹਨੂੰ, ਅਤੇ ਉਹ ਕਹਿੰਦੇ ਕਾਫੀ ਜ਼ਿਆਦਾ ਈਰਖਾ ਕਰਦਾ ਸੀ ਗੁਰੂ ਜੀ ਤੋਂ। ਅਤੇ ਉਹਨਾਂ ਨੇ ਮਤਲਬ ਉਹ ਇਹਨਾਂ ਨੂੰ ਲਿਜਾ ਕੇ ਕੈਦ ਕਰ ਲਿਆ ਸੀਗਾ ਜੇਲ੍ਹ ਦੇ ਵਿੱਚ। ਅਤੇ ਉੱਥੇ ਉਹਨਾਂ ਨੂੰ ਇੱਕ ਚੱਕੀ ਦਿੱਤੀ ਗਈ ਸਜ਼ਾ ਦੇ ਤੌਰ 'ਤੇ ਚਲਾਉਣ ਦੇ ਲਈ। ਪਰ ਐਡੀਆਂ ਜਿਹੜੀਆਂ ਹਸਤੀਆਂ ਤੁਸੀਂ ਉਹਨਾਂ ਦੇ ਤਾਂ ਪਹਿਲਾਂ ਤੋਂ ਹੀ ਜਾਣੀ ਜਾਣੋ। ਅਤੇ ਮੈਂ ਇੱਕ ਆਹ ਚੀਜ਼ ਹੋਰ ਦੇਖੀ ਇੱਥੇ ਨਾ, ਮਤਲਬ ਬਣਾਈਆਂ ਗਈਆਂ ਨੇਗੀਆਂ। ਵੈਸੇ ਤਾਂ ਇਹ ਚੀਜ਼ਾਂ ਦੀ ਗੁਰੂ ਜੀ ਨੇ ਬਹੁਤ ਹੀ ਸਖਤ ਮਨਾਹੀ ਕੀਤੀ, ਪਰ ਇੱਥੇ ਬਣੀਆਂ ਹੋਈਆਂ ਨੇ, ਸੋ ਪਤਾ ਨਹੀਂ, ਤਾਂ ਕਰਕੇ ਆਪਾਂ ਨੇ ਵੀ ਮੱਥਾ ਟੇਕ ਦਿੱਤਾ ਹੈਗਾ, ਹੈ ਨਾ, ਅਤੇ ਪਹਿਲਾਂ ਤੋਂ ਹੀ ਬਣਿਆ ਹੋਇਆ ਹੈਗਾ। ਬਾਕੀ ਨੇ ਅੱਗੇ ਫਿਰ ਚਲੋ ਦੱਸ ਦਿਆਂਗੇ ਤੁਹਾਨੂੰ ਚੱਕੀ ਬਾਰੇ। ਅਤੇ ਇਹ ਚੱਕੀ ਉਹਨਾਂ ਨੇ ਮਤਲਬ ਆਪਣੀ ਤਪੱਸਿਆ ਦੇ ਵਿੱਚ ਮਗਨ ਹੋ ਗਏ ਅਤੇ ਚੱਕੀ ਆਪਣੇ ਆਪ ਹੀ ਚੱਲਣ ਲੱਗ ਗਈ। ਅਤੇ ਕੌਤਕ ਦੇਖ ਕੇ ਜਿਹੜੇ ਉਹਨਾਂ ਦੇ ਅੱਗੇ ਸੇਵਕ ਸੀਗੇ, ਹੈ ਨਾ, ਰੱਖੇ ਹੋਏ, ਉਹਨਾਂ ਨੂੰ ਮਤਲਬ ਜਿਹੜੇ ਵੀ ਹੁੰਦੇ ਨੇ ਉੱਥੇ ਅੱਗੇ ਸੈਨਿਕ, ਉਹਨਾਂ ਨੇ ਦੱਸਿਆ ਜਾ ਕੇ ਕਿ ਵੀ ਚੱਕੀ ਆਪਣੇ ਆਪ ਹੀ ਚੱਲ ਰਹੀ ਹੈ। ਅਤੇ ਇਹ ਸਾਰਾ ਕੁਛ ਦੇਖ ਕੇ ਰਾਜਾ ਮਤਲਬ ਬਹੁਤ ਹੀ ਹੈਰਾਨ ਹੋ ਗਿਆ, ਹੈ ਨਾ।
ਅਤੇ ਮਤਲਬ ਉਹਨੇ ਵੀ ਪੈਰ ਜੋੜ ਹੱਥ ਪੈਰ ਜੋੜਤੇ ਸੀਗੇ ਗੁਰੂ ਜੀ ਸਾਹਮਣੇ। ਅਤੇ ਤੁਸੀਂ ਪੱਥਰ ਦੇਖ ਰਹੇ ਹੋਗੇ, ਹਰ ਇੱਕ ਰਵਿਦਾਸ ਜੀ ਭਾਈ ਦੇ ਤੁਹਾਨੂੰ ਘਰੇ ਮਿਲੂਗਾ, ਕਿਉਂਕਿ ਇਹਦੇ ਉੱਤੇ ਹੀ ਚੰਮ ਕੁੱਟਿਆ ਜਾਂਦਾ ਗਾ, ਅਤੇ ਇਹ ਪੱਥਰ ਨੇਗੇ ਜਿਹੜੇ ਵਰਤੋਂ ਦੇ ਵਿੱਚ ਆਉਂਦੇ ਰਹੇ ਨੇਗੇ। ਅਤੇ ਹਰ ਤਿਉਹਾਰ ਨੂੰ ਅਸੀਂ ਇਹਨਾਂ ਨੂੰ ਮਤਲਬ ਸਫਾਈ ਕਰਕੇ ਰੱਖਦੇ ਹਾਂ, ਅਤੇ ਦੀਵਾ ਵਗੈਰਾ ਜਗਾਉਂਦੇ ਜਦੋਂ ਆਪਣੇ ਮਤਲਬ ਦੀਵਾਲੀ ਵਗੈਰਾ ਹੁੰਦੀ ਹੈਗੀ, ਇੱਕ ਤਰ੍ਹਾਂ ਨਾਲ ਪੂਜਣਾ ਹੀ ਹੁੰਦੀ ਹੈਗੀ, ਹੈ ਨਾ ਇਹ। ਅਤੇ ਮਤਲਬ ਉਹ ਰਾਜਾ ਕਾਫੀ ਜ਼ਿਆਦਾ ਨਤਮਸਤਕ ਹੋਇਆ, ਅਤੇ ਉਹਨੇ ਕਾਫੀ ਜ਼ਿਆਦਾ ਇਹਨਾਂ ਨੂੰ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਸਨਮਾਨ ਦਿੱਤਾ। ਅਤੇ ਨੀਚੇ ਦੀ ਵੀ ਹਿਸਟਰੀ ਮੈਂ ਤੁਹਾਨੂੰ ਦੱਸੂਗੀ, ਉਹ ਵੀ ਰਾਜਾ ਬੈਂਡ ਦੇ ਨਾਲ ਅਤੇ ਗੁਰੂ ਜੀ ਦੇ ਨਾਲ ਜੁੜੀ ਹੋਈ ਹੈਗੀ। ਅਤੇ ਇਹ ਨਾ ਇੱਕ ਮਤਲਬ ਉੱਪਰ ਜਿਵੇਂ ਆਪਾਂ ਕਹਿ ਦਈਏ ਪਹਾੜੀ ਦੇ ਬਿਲਕੁਲ ਉੱਪਰ ਜਾ ਕੇ ਇਹ ਮੰਦਰ ਜਾਂ ਗੁਰੂ ਘਰ ਬਣਿਆ ਹੋਇਆ ਹੈਗਾ, ਹੈ ਨਾ, ਗੁਰੂ ਘਰ ਬਣ ਰਿਹਾ ਹੈਗਾ ਹੁਣ ਤਾਂ। ਪੈਸੇ ਪਹਿਲਾਂ ਮੰਦਰ ਦਾ ਇੱਕ ਰੂਪ ਸੀਗਾ ਪੁਰਾਤਨ, ਅਤੇ ਹੁਣ ਇੱਥੇ ਪਾਠ ਵੀ ਚੱਲਦਾ ਗਾ, ਅਤੇ ਕਾਫੀ ਜ਼ਿਆਦਾ ਉੱਚ, ਅਤੇ ਇੱਥੇ ਨਦੀ ਵੀ ਵਗਦੀ ਹੈ ਵਿੱਚ ਦੀ, ਅਤੇ ਮੈਨੂੰ ਨਹੀਂ ਪਤਾ ਹੈਗਾ ਕਿ ਉਹ ਕੌਣ ਸੀ ਨਦੀ ਹੈਗੀ, ਕਿਹੜੀ ਹੈ ਕਿਹੜੀ ਨਹੀਂ। ਜਿਹੜੀ ਗੰਗਾ ਮਤਲਬ ਚਰਨ ਛੋਹ ਗੰਗਾ ਦਾ ਮੰਦਰ ਬਣਾਇਆ ਗਿਆ ਉਹ ਨੀਚੇ ਹੈਗਾ, ਜਿਹੜੀ ਤੁਸੀਂ ਕਹਿ ਰਹੇ ਹੋਗੇ, ਹੈ ਨਾ, ਉਹ ਇੱਥੇ ਨਹੀਂ ਹੈਗਾ। ਮੈਂ ਤੁਹਾਨੂੰ ਨੀਚੇ ਦਰਸ਼ਨ ਕਰਵਾਉਂਗੀ, ਹੈ ਨਾ, ਆਪਾਂ ਪਿਛਲੀ ਵਾਰੀ ਆਏ ਸੀਗੇ ਉੱਥੇ, ਉੱਥੇ ਬਾਰੇ ਵੀ ਤੁਹਾਨੂੰ ਸਾਰਾ ਆਪਾਂ ਚਾਨਣਾ ਪਾਵਾਂਗੇ, ਉੱਥੇ ਬਾਰੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਕਿ ਕਿਸ ਤਰ੍ਹਾਂ ਉੱਥੇ ਜਿਹੜੀ ਗੰਗਾ ਗਈ ਉਹਦਾ ਨਾਮ ਚਰਨ ਛੋਹ ਗੰਗਾ ਕਿਉਂ ਪਿਆ, ਕਿਸ ਤਰ੍ਹਾਂ ਉਹ ਉੱਥੋਂ ਨਿਕਲੀ ਸੀ, ਕਿੱਦਾਂ ਪ੍ਰਗਟ ਕੀਤੀ ਗਈ, ਉਹ ਸਾਰਾ ਆਪਾਂ ਤੁਹਾਡੇ ਨਾਲ ਦੂਸਰੇ ਮਤਲਬ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ। ਅਤੇ ਇੱਥੇ ਨਾ ਇੱਕ ਛੋਟਾ ਜਿਹਾ ਮੰਦਰ ਵੀ ਬਣਿਆ ਹੋਇਆ ਸੀਗਾ, ਮੈਂ ਸੋਚਿਆ ਕਿ ਚਲੋ ਅੰਦਰੋਂ ਇੱਥੋਂ ਵੀ ਕਲਿੱਪ ਲੈ ਲਈਏ, ਕਿਉਂਕਿ ਇੱਥੇ ਮਾਤਾ ਦੀ ਇੱਕ ਮੂਰਤੀ ਬਣੀ ਹੋਈ ਹੈਗੀ, ਹੈ ਨਾ, ਅਤੇ ਉਹ ਸਾਰੀ ਮੈਂ ਤੁਹਾਡੇ ਨਾਲ ਜਿਹੜੀ ਹੈਗੀ ਕਲਿੱਪ ਸ਼ੇਅਰ ਕਰ ਲਈ, ਹਨੂੰਮਾਨ ਜੀ ਦੇ ਬਣੀ ਹੋਈ ਹੈਗੀ, ਅਤੇ ਭੈਰੋਂ ਦਾ ਬਣਾਇਆ ਗਿਆ ਸਾਰਾ, ਉਹ ਤਾਂ ਮੈਨੂੰ ਵਧੀਆ ਲੱਗਿਆ, ਮਤਲਬ ਫਿਰ ਮੈਂ ਤਾਂ ਕਰਕੇ ਕਲਿੱਪ ਲੈ ਲਈ ਸੀਗੀ। ਅਤੇ ਨਾ ਮਤਲਬ ਉਰੇ ਦਵਾਈਆਂ ਮੁਫਤ ਵਗੈਰਾ ਸਾਰੀਆਂ ਮਿਲਦੀਆਂ ਨੇਗੀਆਂ, ਮਤਲਬ ਅਗਰ ਤੁਸੀਂ ਲੈਣੀਆਂ ਹੋਣਗੀਆਂ ਅਤੇ ਉਹ ਵੀ ਤੁਸੀਂ ਲਿਜਾ ਸਕਦੇ ਹੋਗੇ ਇੱਥੋਂ। ਅਤੇ ਮੈਨੂੰ ਮਤਲਬ ਕਾਫੀ ਜ਼ਿਆਦਾ ਵਧੀਆ ਲੱਗਿਆ ਸਾਰ ਇੱਕ, ਮਤਲਬ ਵੀਰ ਭਾਈ ਨੂੰ ਇੱਥੇ ਆਉਣਾ ਚਾਹੀਦਾ, ਇੱਥੇ ਦੇ ਦਰਸ਼ਨ ਕਰਨੇ ਚਾਹੀਦੇ ਨੇਗੇ, ਇਹੋ ਜਿਹੀ ਪਾਪ ਪਵਿੱਤਰ ਧਰਤੀ ਦਾ ਮੈਨੂੰ ਪਤਾ ਹੀ ਲੇਟ ਲੱਗਿਆ ਹੈਗਾ, ਪਹਿਲਾਂ ਪਤਾ ਹੀ ਨਹੀਂ ਸੀ ਹੈਗਾ, ਹੈ ਨਾ, ਅਤੇ ਹੁਣ ਇਹ ਹੁੰਦਾ ਕਿ ਹਰ ਸਾਲ ਵੀ ਚਲੋ ਜਾ ਆਈਏ ਕੱਢੇ ਹੀ ਹੈ ਜਿਹੜਾ, ਅਤੇ ਮਤਲਬ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ, ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ, ਹਜੇ ਤਾਂ ਬਣ ਰਿਹਾ ਹੈਗਾ, ਇਸ ਤੋਂ ਜ਼ਿਆਦਾ ਵੀ ਵਧੀਆ ਬਣੂਗਾ। ਅਤੇ ਜਿੰਨੀ ਵੀ ਸ਼ਰਧਾ ਤੁਹਾਡੇ ਤੋਂ ਹੁੰਦੀ ਆ, ਹੈ ਨਾ, ਆਪਾਂ ਮੈਂ ਨਹੀਂ ਕਹਿੰਦੀ ਹੈ ਕਿ ਤੁਸੀਂ ਆਪਣੇ ਉਹਦੇ ਤੋਂ ਕਰੋ, ਜਿੰਨੀ ਸ਼ਰਧਾ ਹੁੰਦੀ ਹੈ ਜ਼ਰੂਰ ਇੱਥੇ ਸੇਵਾ ਪਾਓ, ਅਤੇ ਆਪਣੀ ਮਤਲਬ ਸੇਵਾ ਦਿਖਾਓ ਵੀ, ਹੈ ਨਾ, ਕਰੋ ਵੀ। ਅਤੇ ਆਹ ਜਿਹੜਾ ਮੈਂ ਤੁਹਾਨੂੰ ਅਜੂਬਾ ਕਹਿੰਦੀ ਸੀਗੀ ਕਿ ਅੱਠਵਾਂ ਅਜੂਬਾ ਬਣ ਰਿਹਾ ਮਨਾਰੇ ਬੇਗਮਪੁਰਾ, ਇਹ ਹਜੇ ਅਧੂਰਾ ਹੈਗਾ ਜੀ, ਹਜੇ ਬਣ ਰਿਹਾ ਹੈਗਾ, ਮਤਲਬ ਅਸੀਂ ਪਤਾ ਕੀਤਾ ਸੀਗਾ ਕਿ ਇਹ ਹਜੇ ਚਾਲੂ ਨਹੀਂ ਹੋਇਆ ਹੈਗਾ, ਜੇ ਤਾਂ ਇਹਦੀ ਮਤਲਬ ਓਪਨਿੰਗ ਨਹੀਂ ਹੋਈ ਹੈਗੀ ਫਿਲਹਾਲ ਲਈ, ਤਾਂ ਹਜੇ ਇੱਥੇ ਸਾਰੇ ਕਾਊਂਟਰ ਵਗੈਰਾ ਖਾਲੀ ਪਏ ਸੀਗੇ, ਮੈਂ ਅੰਦਰ ਤੱਕ ਗੇੜਾ ਕੱਢ ਗਈ ਹੈਗੀ, ਪਰ ਹਜੇ ਮਤਲਬ ਕੁਛ ਦਿਖਿਆ ਨਹੀਂ ਹੈਗਾ ਆਪਾਂ ਨੂੰ ਉਵੇਂ। ਅਤੇ ਚਲੋ ਜੀ, ਬਾਕੀ ਤੁਸੀਂ ਨਾ ਮੈਨੂੰ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਿਆ, ਅਤੇ ਮਤਲਬ ਲਾਈਕ ਦਾ ਬਟਨ ਦਬਾ ਦਿਓ, ਕਿਉਂਕਿ ਤੁਹਾਡੇ ਕਮੈਂਟਾਂ ਦੇ ਉੱਤੇ ਹੀ ਡਿਪੈਂਡ ਕਰਦਾ ਹੁੰਦਾ ਕਿ ਵੀਡੀਓ ਕਿਵੇਂ ਦੀ ਜਾ ਰਹੀ, ਚੈਨਲ ਕਿਵੇਂ ਦਾ ਜਾ ਰਿਹਾ। ਸੋ ਰਿਕੁਐਸਟ ਹੀ ਆ ਕਿ ਸਾਰਿਆਂ ਨੂੰ ਹੱਥ ਜੋੜ ਕੇ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਦਾ ਬਟਨ ਦਬਾ ਦਿਓ ਅਤੇ ਕਮੈਂਟ ਕਰ ਦਿਓ। ਥੈਂਕ ਯੂ ਸੋ ਮੱਚ। ਰਵਿਦਾਸ ਗੁਰੂ, ਰਵਿਦਾਸ ਗੁਰੂ, ਰਵਿਦਾਸ ਗੁਰੂ, ਰਵਿਦਾਸ ਗੁਰੂ।